ਤੇ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ, ਹੋਰ ਕੀ ਹਾਲ ਚਾਲ ਆ? ਹੋਪਫੁਲੀ ਬਾਈ ਸਾਰੇ ਹੀ ਘੈਂਟ ਹੋ ਗਏ। ਤੇ ਜਿਵੇਂ ਬਾਈ ਤੁਸੀਂ ਦੇਖ ਸਕਦੇ, ਆਪਣਾ ਕਾਲੀ ਜੱਟ ਬੈਕ ਔਨ ਦੀ ਗੇਮ ਆ ਚੁੱਕਿਆ। ਤੇ ਦੇਖੋ ਬਾਈ, ਸਪਲੈਂਡਰ ਖੜਾ ਕੀਤਾ ਹੋਇਆ ਆਪਣੇ ਯਾਰ ਬੇਲੀ ਨੇ। ਸੋ ਅੱਜ ਬਾਈ ਮਾਰਾਂਗੇ ਗੇੜੀਆਂ ਸਪਲੈਂਡਰ ਤੇ। ਲੈ ਬਾਈ ਆਹ ਦੇਖੋ ਬਾਈ, ਰੁਕੋ, ਆਹ ਕਬੂਤਰ ਕਿਹੜੀ ਚਾਲ ਚੱਲ ਰਿਹਾ ਦੇਖੋ ਬਾਈ, ਇਹਨੂੰ ਤਾਂ ਮੈਂ ਦੱਸਦਾ ਬਾਈ। ਰੁਕੋ, ਇਹ ਬੱਜੂ ਨਿਸ਼ਾਨਾ ਕਿ ਨਹੀਂ? ਲੈ ਬਾਈ ਉੜਦੇ ਕਬੂਤਰ ਤਾਂ ਲਾ ਦਿੰਦਾ ਕਾਲੀ ਮਿੰਟੋ ਮਿੰਟੀ। ਚਲੋ ਛੱਡੋ ਬਾਈ, ਬਾਕੀ ਗੱਲਾਂ ਛੱਡਦੇ ਹਾਂ। ਸੋ ਅੱਜ ਆਪਾਂ ਬਾਈ ਕਰਾਵਾਂਗੇ ਆਪਣਾ ਮੋਟਰਸਾਈਕਲ ਮੋਡੀਫਾਈਡ। ਜਿਵੇਂ ਬਾਈ ਤੁਸੀਂ ਦੇਖ ਸਕਦੇ ਆਪਣਾ ਸਪਲੈਂਡਰ, ਯਾਰ ਇੰਡੀਆ 'ਚ ਤਾਂ ਬਾਈ ਤੇਲ ਵਾਹਵਾ ਮਹਿੰਗਾ ਹੋ ਗਿਆ, ਸੋ ਇੱਥੇ ਵੀ ਬਾਈ ਬਾਹਲਾ ਹੀ ਮਹਿੰਗਾ ਹੋ ਗਿਆ। ਸੋ ਮੈਂ ਸੋਚਿਆ ਕਿ ਬਾਈ ਆਪਾਂ ਚਲਾਈਏ ਸਪਲੈਂਡਰ ਹੀ ਸਹੀ ਰਹਿਣਾ, ਕਿਉਂਕਿ ਸਪੋਰਟਸ ਬਾਈਕਾਂ ਦਾ ਬਾਈ ਖਰਚਾ ਅੱਜ ਕੱਲ੍ਹ ਬਾਹਲਾ ਹੀ ਮਹਿੰਗਾ ਹੋ ਗਿਆ। ਸੋ ਆਪਣਾ ਕਾਲੀ ਜੱਟ ਅੱਜ ਤੋਂ ਬਾਈ ਚਲਾਊਗਾ ਸਪਲੈਂਡਰ। ਸੋ ਸਪਲੈਂਡਰ ਚਲਾਉਣ ਲਈ ਬਾਈ ਆਪਾਂ ਨੂੰ ਕਰਾਉਣਾ ਪੈਣਾ ਇਹਨੂੰ ਮੋਡੀਫਾਈਡ। ਦੇਖਦੇ ਹਾਂ, ਹੋਰਨ ਹੋਰਨ ਲਵਾਉਂਦੇ ਹਾਂ। ਪਹਿਲਾਂ ਤਾਂ ਬਾਈ ਇਹਦਾ ਸਪੀਡ ਟੈਸਟ ਕਰਦੇ ਹਾਂ ਕਿੰਨੀ ਕੁ ਸਪੀਡ ਇਹ ਖਿੱਚ ਸਕਦਾ। ਵੈਸੇ ਬਾਈ ਇਹ ਵੀ ਇੰਡੀਆ ਤੋਂ ਇੰਪੋਰਟ ਕਰਾਇਆ, ਲੇਕਿਨ ਇਹਦੇ ਵਿੱਚ ਬਾਈ ਜਿਹੜਾ ਇੰਜਨ ਹੈ ਨਾ ਉਹ ਵੱਡਾ ਲੱਗਾ, ਸੋ ਇਹਦੀ ਸਪੀਡ ਜ਼ਿਆਦਾ ਆ। ਦੇਖਦੇ ਹਾਂ ਬਾਈ, ਆਫ ਰੋਡ ਵੀ ਕਰਾਵਾਂਗੇ ਕੋਈ ਚੱਕਰ ਨਹੀਂ। ਪਹਿਲਾਂ ਆਪਾਂ ਜਾਈਏ ਕਿੱਧਰ ਨੂੰ, ਬੈਨੀ ਕੋ ਜਾਈਏ ਹੋਰਨ ਲਵਾਉਣ ਕਿ ਆਫ ਰੋਡਿੰਗ ਕਰੀਏ? ਰੁਕੋ ਬਾਈ, ਆਫ ਰੋਡ ਆਪਣਾ ਨੇੜੇ ਪੈ ਰਿਹਾ, ਸੋ ਪਹਿਲਾਂ ਆਪਾਂ ਆਫ ਰੋਡ ਕਰਾ ਲੈਂਦੇ ਹਾਂ, ਫਿਰ ਇਹਨੂੰ ਲਵਾਵਾਂਗੇ ਹੋਰਨ। ਦੇਖਦੇ ਹਾਂ ਜਿੰਨੇ ਵੀ ਹੋਰਨ ਹੋਏ ਨਾ ਸਾਲੇ ਸਾਰੇ ਲਵਾ ਦੇਣੇ। ਜਿਵੇਂ ਆਪਾਂ ਬਾਈ ਇੰਸਟਾਗ੍ਰਾਮ 'ਤੇ ਦੇਖੀ ਸੀ ਇੱਕ ਵੀਡੀਓ, ਬਾਈ ਨੇ ਕਿੰਨੇ ਹੋਰਨ ਲਵਾਏ ਸੀ ਸਪਲੈਂਡਰ ਦੇ, ਸਾਲੇ ਸਾਰੇ ਦੇੜਦੇ ਨੇ ਬਾਬਿਓ। ਦੇਖੀ ਚਲੋ ਬਾਈ, ਅੱਜ ਆਪਾਂ ਮੋਟਰਸਾਈਕਲ ਆਪਣਾ ਮੋਡੀਫਾਈ ਕਰਾਉਂਦੇ। ਕਾਲੀ ਬਾਈ ਖਿੱਚੀ ਤੁਰਿਆ ਜਾਂਦਾ ਸਪਲੈਂਡਰ ਨੂੰ, ਦੇਖੋ ਬਾਈ ਸਪੀਡ ਚੈੱਕ ਕਰੋ ਇਹਦੀ। ਉਹ ਬੁੱਲਾ ਬੁੱਲਾ ਬਾਈ, ਮੇਰੇ ਹਿਸਾਬ ਨਾਲ 100 ਤਾਂ ਮਿੰਟੋ ਮਿੰਟ ਹੀ ਟੱਪਦੀ ਹੈ। ਅਤੇ ਬਾਈ ਨੰਬਰ ਪਲੇਟ ਵੀ ਕਾਲੀ ਜੱਟ ਨੇ ਆਪਣੇ ਨੇ ਪੰਜਾਬ ਰਖਾਈ ਆ, ਸੋ ਇਹਦੇ ਵਿੱਚ ਬਾਈ ਬੜੇ ਆਪਸ਼ਨ, ਲਾਲ ਰੰਗ ਦਾ ਵੀ ਆਉਂਦਾ। ਉਹ ਧਿਆਨ ਨਾ, ਜਿਹੜਾ ਬਾਈ ਸਪਲੈਂਡਰ ਮੋਟਰਸਾਈਕਲ ਬਾਹਲਾ ਹੀ ਹਲਕਾ ਯਾਰ, ਜਿੱਦਾਂ ਮਰਜ਼ੀ ਚੱਕੀ ਚੱਲੋ। ਲਓ ਬਾਈ ਆਪਣਾ ਆਫ ਰੋਡ ਆ ਚੁੱਕਾ, ਅਤੇ ਖਿੱਚ ਕੇ ਦੇਖਦੇ ਹਾਂ ਆਫ ਰੋਡ ਯਾਰ ਕੀ ਖਿੱਚ ਪਾਉਂਦਾ ਕਿ ਨਹੀਂ। ਕਿਉਂਕਿ ਬਾਈ ਯਾਰ ਜੇ ਕਾਲੀ ਨੇ ਚਲਾਉਣਾ, ਤੁਹਾਨੂੰ ਪਤਾ ਕਾਲੀ ਯੂ ਇੱਧਰ ਉੱਧਰ ਪੰਗੇ ਲੈਂਦਾ ਰਹਿੰਦਾ, ਸੋ ਆਪਾਂ ਨੂੰ ਬਾਈ ਤੇਜ਼ ਮੋਟਰਸਾਈਕਲ ਚਾਹੀਦਾ ਯਾਰ ਕੋਈ। ਪਰ ਫਿਰ ਵੀ ਦੇਖੋ ਯਾਰ ਸਪਲੈਂਡਰ ਆ, ਫਿਰ ਵੀ ਖਿੱਚੀ ਜਾਂਦਾ ਸਪੀਡ। ਦੇਖੋ ਬਾਬਿਓ ਚੜ੍ਹੀ ਜਾਂਦਾ ਪਹਾੜੀਆਂ, ਉਹ ਦੇਖੋ ਬੰਦੇ ਫਿਰਦੇ। ਇੱਥੋਂ ਚੜ੍ਹ ਜੂ ਯਾਰ, ਰੁਕੋ ਆਪਾਂ ਪੌੜੀਆਂ ਥਾਣੀ ਚੜ੍ਹ ਕੇ ਦੇਖਦੇ ਇਹਨੂੰ। ਨਹੀਂ ਦੱਬਦਾ ਬਾਈ, ਨਹੀਂ ਦੱਬਦਾ ਸਪਲੈਂਡਰ ਵੀ, ਤੁਸੀਂ ਦੇਖ ਹੀ ਸਕਦੇ ਬਾਈ ਕਿੱਦਾਂ ਇਹਨੇ ਮਿੰਟੋ ਮਿੰਟ ਹੀ ਖਿੱਚਤਾ। ਸੋ ਲੈ ਬਾਈ, ਇੱਥੇ ਤਾਂ ਬਾਈ ਟੈਂਟ ਲਾਈ ਬੈਠੇ ਬੰਦੇ, ਹਟ ਜਾ ਹਟ ਜਾ, ਥੱਲੇ ਨਾ ਆ ਜੀ ਬਾਬੇ। ਸੋ ਬਾਈ ਕਾਲੀ ਤੁਸੀਂ ਦੇਖ ਸਕਦੇ ਨਹੀਂ ਮੰਨਦਾ ਯਾਰ, ਕਾਲੀ ਦੀਆਂ ਕਿਆ ਰੀਸਾਂ ਵਾ, ਸਪਲੈਂਡਰ ਹੀ ਬਾਈ ਚੱਕੀ ਜਾਂਦਾ ਪੂਰਾ। ਸੋ ਬਾਈ ਹੈ ਯਾਰ ਜਾਣ ਸਪਲੈਂਡਰ 'ਚ, ਇਹ ਨਹੀਂ ਹੈਗਾ ਕਿ ਉਹ ਬੇਇੱਜ਼ਤੀ ਨਾ ਕਰਾ, ਚੜ੍ਹ ਜਾ। ਰੁਕੋ ਬਾਈ ਥੋੜ੍ਹਾ ਬੈਕ ਕਰਕੇ ਚਾੜਦੇ ਹਾਂ। ਸੋ ਯਾਰ ਕਿਤੇ ਤਾਂ ਅੜਨਾ ਹੀ ਹੈ, ਕਿਉਂਕਿ ਬਾਈ ਤੁਹਾਨੂੰ ਵੀ ਪਤਾ ਵਾ ਕਿੰਨਾ 97 ਜਾਂ 100 ਸੀਸੀ ਹੁੰਦਾ ਆਪਣਾ ਸਪਲੈਂਡਰ। ਸੋ ਯਾਰ ਫਿਰ ਵੀ ਥੋੜ੍ਹਾ ਮੋਟਾ ਅੜ ਜੇ, ਕੋਈ ਟੈਨਸ਼ਨ ਨਹੀਂ ਹੈ, ਕਿਉਂਕਿ ਛੋਟਾ ਇੰਜਨ ਆ ਬਾਈ, ਕੋਈ ਸਪੋਰਟਸ ਬਾਈਕ ਤਾਂ ਹੈ ਨਹੀਂ ਹੈ। ਉਹ ਦੇਖੋ ਬਾਈ ਕਾਲੀ ਨੇ ਕਿੰਨੀ ਉੱਪਰ ਚੜ੍ਹਾਤਾ, ਉਹ ਲੱਗਾ ਸਾਹਮਣੇ ਏਅਰਟੈੱਲ ਦਾ ਟਾਵਰ। ਅਤੇ ਲੈ ਬਾਈ ਆਹ ਦੇਖੋ ਬਾਈ ਪਹਾੜੀ, ਦੇਖੋ ਬਾਈ ਉਹ ਸੜਕੋ ਸੜਕ ਹੀ ਆਏ ਸੀ ਆਪਾਂ ਨੀਚੇ, ਜਿਹੜੀ ਸੜਕ ਆ ਇੱਧਰ ਸਾਰਾ ਸਮੁੰਦਰ ਆ, ਅਤੇ ਉੱਧਰ ਇੱਕ ਪਹਾੜ ਆ ਜਿਹੜਾ ਬਾਈ ਇਹ ਵੀ ਪਹਾੜ ਨਾਲ ਉੱਚਾ, ਸੋ ਉਹ ਸੜਕ ਉਹ ਆਈ ਸੀ ਆਪਾਂ ਜਿਹੜੀ ਥੱਲੇ ਸੜਕ ਆ। ਸੋ ਹੁਣ ਚਲੀਏ ਯਾਰ, ਜ਼ਿਆਦਾ ਟਾਈਮ ਵੇਸਟ ਨਾ ਕਰੀਏ, ਅਤੇ ਬੈਨੀ ਕੋਲ ਚਲੀਏ। ਹੁਣ ਆਪਾਂ ਨੂੰ ਪਤਾ ਲੱਗ ਤਾਂ ਗਿਆ ਹੈ ਯਾਰ ਜ਼ੋਰ ਸਪਲੈਂਡਰ 'ਚ ਹੈਗਾ ਜ਼ੋਰ, ਬਸ ਆਹ ਹੈ ਕਿ ਬਾਈ ਖੜਵੀਂ ਜਿਹੜੀ ਚੜ੍ਹਾਈ ਆ ਜਾਵੇ ਨਾ, ਉਹ ਝੋਖਾ ਹੋ ਸਕਦਾ। ਹੁਣ ਇਹਨੂੰ ਉੜਾਉਂਦੇ ਲੈ ਕੇ ਜਾਂਦੇ ਥੱਲੇ, ਕਿਤੇ ਡਿੱਗੇ ਨਾ ਤਾਂ ਵਧੀਆ। ਬੱਲੇ ਬੱਲੇ ਕਾਲੀ ਦੀ ਕਿਸਮਤ ਹੀ ਆ ਬਾਬਿਓ, ਇਹ ਇਹ ਉਹ ਵੱਜਾ ਪੇੜ 'ਚ ਬਾਬਿਓ। ਬੱਲੇ ਬੱਲੇ ਬੱਲੇ, ਚੱਲ ਬਾਈ ਉੜ ਜਾ ਕਾਲੀ, ਆ ਢਹਿਣਾ ਨਹੀਂ ਆਪਾਂ, ਬਹਿ ਫਟਾਫਟ ਸਪਲੈਂਡਰ 'ਤੇ ਤਾਂ ਨਿਕਲੀਏ ਇੱਥੋਂ ਫਟਾਫਟ। ਇਹ ਕੀ ਬਾਈ ਚੜ੍ਹਦਾ ਹੀ ਨਹੀਂ ਪਿਆ, ਲਓ 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 ਚੱਲ ਉਹ ਤੁਹਾਡੀ ਨੂੰ ਇੱਦਾਂ ਕਿਤੇ ਮੰਮਾ ਸਾਡੀ ਗਲੀਆਂ 'ਚ ਜਿਹੜੇ ਲੱਗ ਗਿਆ ਨਾ ਤੂੰ, ਨਾਲੀਆਂ 'ਚ ਵੱਜਣਾ ਜਾ ਜਾ। ਸੋ ਆਪਾਂ ਨਿਕਲਦੇ ਹਾਂ, ਇਹ ਉਹ ਦੇਖੋ ਬਾਈ ਡਾਂਦਾ ਹੀ ਜਾਂਦਾ ਥੱਲੇ ਨੂੰ, ਇਹ ਮੂੰਹ ਮੱਥਾ ਵੜਵਾਊ ਅੱਜ, ਅੱਜ ਨਹੀਂ ਛੱਡਦਾ ਇਹ। ਲਓ ਬਾਈ ਪਹੁੰਚ ਚੁੱਕੇ ਆਪਾਂ, ਦੇਖੋ ਬਾਈ ਚੜ੍ਹਦੇ ਚੜ੍ਹਦੇ ਨੂੰ ਕਿੰਨੀ ਦੇਰ ਲੱਗ ਗਈ, ਉੱਤਰਦੇ ਨੂੰ ਮਿੰਟ ਨਹੀਂ ਲੱਗਾ। ਮੂੰਹ ਭਰ ਡਿੱਗਾ ਕਾਲੀ ਆਪਣਾ, ਸੋ ਨਿਕਲੀਏ ਬਾਈ। ਆਹ ਦੇਖੋ ਜਾਂਦੇ ਪਿੱਕੇ, ਪਿਛਲੀ ਵੀਡੀਓ 'ਚ ਆਪਾਂ ਪਵਾਇਆ ਸੀ ਯਾਰ ਟੋਚਨ ਪਿੱਕੇ ਦਾ, ਜਿਹਨੇ ਨਹੀਂ ਦੇਖੀ ਜਾ ਕੇ ਦੇਖਿਓ। ਦੇਖੋ ਬਾਈ ਇੰਨਾ ਕੁ ਹਲਕਾ ਮੋਟਰਸਾਈਕਲ ਨਾਲ, ਦੇਖੋ ਬਾਈ ਜਿੰਨਾ ਮਰਜ਼ੀ ਖੜਾ ਹੋ ਕੇ ਚਲਵਾ ਲਓ, ਅੱਗੋਂ ਬਾਈ ਚੱਕਿਆ ਹੋਇਆ ਦੇਖੋ, ਜਿੰਨਾ ਮਰਜ਼ੀ ਚੁਕਾ ਲਓ ਬਾਈ ਅੱਗੋਂ, ਇੱਦਾਂ ਹੀ ਬਲਾ ਲੈ ਕੇ ਚੱਲ ਜਾਓ। ਦੇਖੋ 150 ਦੀ ਸਪੀਡ 'ਤੇ ਜਾ ਰਿਹਾ, ਉਹ ਦੇਖੋ ਗੱਡੀਆਂ ਆ ਜਾਂਦੀਆਂ, ਨਹੀਂ ਤਾਂ ਬਾਈ ਦੇਖਦੇ ਹਾਂ ਕਿੰਨੀ ਕੁ ਇਹਦੀ ਟੋਪ ਸਪੀਡ ਕਿੰਨੀ ਗਾ, ਬਾਕੀ ਹੋਰਨ ਹੋਰਨ ਲਾ ਕੇ ਦੇਖਦੇ ਕੀ ਬਣਦਾ ਯਾਰ ਸਪਲੈਂਡਰ ਆਪਣੇ ਦਾ। ਸੋ ਬਾਈ ਸਪੀਡ ਤਾਂ ਇਹਦੀ ਵਾਹਵਾ ਦੇਖੋ, 163 ਤੱਕ ਪਹੁੰਚ ਗਈ ਸੀ।
ਉਹ ਦੇਖੋ ਸਟੋਪੀ ਸਟੂਪੀ ਤਾਂ ਬਾਈ ਇੱਦਾਂ ਹੀ ਮਿੰਟੋ ਮਿੰਟ ਹੀ ਲਾਉਂਦਾ ਕਾਲੀ ਆਪਣਾ। ਸੋ ਯਾਰ ਆਪਣਾ ਤੇਲ ਵੀ ਖਤਮ ਹੋਣ ਵਾਲਾ, ਬਸ ਤੇਲ ਵੀ ਆਪਾਂ ਭਰਾਉਣਾ। ਪਹਿਲਾਂ ਪੰਪ ਦੇਖ ਲਈਏ ਕਿੱਥੇ ਆ, ਪੰਪ ਨੇੜੇ ਹੀ ਆ ਯਾਰ, ਜਿੱਧਰ ਜਾ ਰਹੇ ਆਪਣਾ ਇੱਧਰ ਹੀ ਪੰਪ ਆ। ਸੋ ਤੇਲ ਵੀ ਭਰਾ ਲਾਂਗੇ ਯਾਰ, ਤੈਨੂੰ ਪਤਾ ਸਸਤਾ ਭਰਿਆ ਜਾਣਾ ਇਹ 'ਚ ਤਾਂ, ਇਹਨੇ ਵਾਹਵਾ ਚੇਅਰ ਕੱਢ ਜਾਣੀ ਤਾਂ ਆਪਾਂ ਨੂੰ ਸਸਤਾ ਹੀ ਲੱਗਦਾ ਉਹ ਜਿਹੜਾ ਬਾਈ ਆਪਣਾ ਦੂਸਰੇ ਸਪੋਰਟਸ ਬਾਈਕ ਆ ਜਿਹੜੇ ਆਪਣੇ ਦੂਸਰੇ ਕਾਲੀ ਕੋਲ, ਉਹ ਤਾਂ ਬਾਈ ਕੰਨਾਂ ਨੂੰ ਹੱਥ ਲਵਾ ਦਿੰਦੇ ਤੇਲ ਦੇ ਮਾਮਲੇ 'ਚ। ਇਹ ਸਹੀ ਆ ਯਾਰ, ਹੁਣ ਇਹੀ ਪੁੱਗਣਾ ਬਾਬੇ। ਆ ਗਿਆ ਤੇਲ, ਆ ਗਿਆ ਪੰਪ ਆ ਗਿਆ। ਇਹ ਬਾਈ ਆ ਗਿਆ ਆਪਣੇ ਪਿੰਡ ਦਾ ਪੰਪ। ਸੋ ਇੱਥੇ ਲਾਉਂਦੇ ਆਪਾਂ ਬਾਈਕ। ਲੈ ਬਾਈ ਭਰ ਦੇ ਆਪਣੇ ਸਪਲੈਂਡਰ 'ਚ ਤੇਲ, ਟੈਂਕੀ ਬਾਈ ਆਪਾਂ ਕਰਾਉਣੀ ਨੱਕੋ ਨੱਕ, ਹੁਣ ਆਪਾਂ ਨੂੰ ਤੇਲ ਦੀ ਟੈਨਸ਼ਨ ਨਹੀਂ। ਲਓ ਬਾਈ ਕਾਲੀ ਤੁਰ ਪਿਆ ਫਿਰ ਬਾਈ ਸ਼ਹਿਰ ਵੱਲ ਨੂੰ, ਕਾਲੀ ਨਹੀਂ ਛੱਡਦਾ ਬਾਈ ਅੱਜ ਕੱਲ੍ਹ ਕਿਸੇ ਨੂੰ। ਹੋਰਨ ਮੈਂ ਕਹਿੰਦਾ ਬੈਨੀ ਬਾਈ ਜਿੰਨੇ ਹੈਗੇ ਨਾ ਸਾਰੇ ਲਾ ਦੇ, ਮੈਂ ਕਹਿੰਦਾ ਚੱਕਮਾ ਬਣਾ ਦੇਣਾ ਸਪਲੈਂਡਰ ਪੂਰਾ। ਦੇਖਦੇ ਹਾਂ ਬਾਈ, ਬਸ ਹੋਰ ਵੀ ਇਹਦੀਆਂ ਦੋ ਤਿੰਨ ਚੀਜ਼ਾਂ ਕਰਾਉਣ ਲਈ, ਜਿੱਦਾਂ ਬਾਈ ਪਿੱਛੋਂ ਮੱਡ ਗਾਰਡ ਬੜੇ ਜਾਣੇ ਕਹਿੰਦੇ ਆ ਕਿ ਉਹ ਵੀ ਕਟਾ ਦੇ, ਕਿਉਂਕਿ ਯਾਰ ਲੰਡਾ ਸੋਹਣਾ ਲੱਗਦਾ ਸਪਲੈਂਡਰ, ਅਤੇ ਉਹ ਵੀ ਦੇਖਾਂਗੇ ਉੱਥੇ ਜਾ ਕੇ ਹੀ। ਦੇਖਦੇ ਹਾਂ ਬਾਈ ਹੁਣ ਨਾ ਸਪੀਡ ਲਾ ਕੇ ਦੇਖਦੇ ਹਾਂ, ਇਹ ਨਾ ਰੇਸ ਰੂਸ ਲਾ ਕੇ ਦੇਖਦੇ ਨੂੰ। ਉਹ ਹੜ ਜਾ ਬਾਬੇ, ਉਹ ਕਾਲੀ ਦੀ ਕਿਸਮਤ ਹੀ ਆ, ਟਰੱਕ ਥੱਲੇ ਨਹੀਂ ਆਇਆ, ਜਿਹੜੇ ਟਰੱਕ ਵਾਲੇ ਬਾਈ ਛੱਡਦੇ ਨਹੀਂ, ਉੱਪਰ ਚੜਿਆ ਤਾਂ ਨਹੀਂ ਮਸਾ ਹੀ ਬਚਿਆ। ਸੋ ਹੁਣ ਬਾਈ ਰੇਸ ਲਾ ਕੇ ਦੇਖਦੇ, ਇੱਥੇ ਨਾ ਆਪਾਂ ਜਦੋਂ ਬੰਦੂਕਾਂ ਚਲਾਵਾਂਗੇ ਫਿਰ ਤੇਜ਼ ਭੱਜਦੇ ਆ, ਫਿਰ ਦੇਖਦੇ ਹਾਂ ਰੇਸ ਲਾ ਕੇ ਉਹ ਦੇਖੋ। ਜਾਂ ਤਾਂ ਹੈ ਯਾਰ ਸਪਲੈਂਡਰ 'ਤੇ ਇੱਦਾਂ ਦੀ ਗੱਲ ਨਹੀਂ ਕੋਈ ਬਈ ਕਿ ਜਾਣ ਹੈ ਨਹੀਂ, ਸਿਰਾ ਕਰਾਈ ਜਾਂਦਾ ਯਾਰ ਕਾਲੀ ਅੱਜ। ਸੋ ਇੱਕ ਯਾਰ ਮੈਂ ਸੋਚ ਰਿਹਾ ਕਿ ਸਪਲੈਂਡਰ ਆਪਾਂ ਉਹਨੂੰ ਵੀ ਦਬਾ ਦਈਏ, ਡਰਾਈਵਰ ਜੱਟ ਨੂੰ, ਕਿਉਂਕਿ ਯਾਰ ਡਰਾਈਵਰ ਕੋਲ ਵੀ ਬਾਈ ਖੇਤੀ ਖੁਤੀ ਕਰਦਾ, ਉਹਨੂੰ ਵੀ ਲੋੜ ਪੈ ਜਾਂਦੀ। ਸੋ ਇਹਨਾਂ ਰੇਸ ਲਾਉਂਦੇ ਆਹ ਵਾਲੇ ਸਪੋਰਟਸ ਬਾਈਕ ਨਾਲ ਆਪਾਂ ਦੜਾ, ਇਹਨਾਂ ਦਾ ਮੈਂ ਤੀਜੇ ਗੇਅਰ 'ਤੇ ਤਰੀ ਜਾਂਦਾ, ਮਰ ਗਿਆ ਬਾਈ। ਮੈਂ ਤਾਂ ਸੋਚਿਆ ਸੀ ਕਿ ਗੋਲੀਆਂ ਨਾਲ ਭੱਜੂਗਾ, ਇਹ ਲਾਊ ਰੇਸ ਲੱਗਦਾ ਪਾਪਾ ਮੇਰੇ ਨਾਲ। ਸੋ ਲਓ ਬਾਈ ਪਹੁੰਚ ਚੁੱਕੇ ਹਾਂ ਆਪਾਂ, ਕਿੱਥੋਂ ਬਚਿਆ ਬਾਈ। ਸੋ ਸ਼ਹਿਰ ਪਹੁੰਚ ਚੁੱਕੇ ਹਾਂ ਬਾਈ, ਹੁਣ ਆਪਾਂ ਬੈਨੀ ਕੋਲ ਚੱਲੀਏ ਫਟਾਫਟ। ਬਾਈ ਸਪਲੈਂਡਰ ਇੰਨਾ ਕੁ ਹਲਕਾ ਨਾ, ਜਿੱਥੋਂ ਮਰਜ਼ੀ ਮੋੜ ਲਓ, ਅੱਗੇ ਨਾਕਾ ਲੱਗਾ ਫਟਾਫਟ ਮੋੜ ਲਓ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਆਹ ਸਪੋਰਟਸ ਬਾਈਕ ਦਾ ਬਾਈ ਭਾਰਾ ਹੀ ਇੰਨਾ ਹੁੰਦਾ ਕਿ ਮਰ ਜਾਂਦਾ ਬੰਦਾ। ਲਓ ਬਾਈ ਆਪਾਂ ਬੈਨੀ ਕੋਲ ਪਹੁੰਚ ਚੁੱਕੇ ਹਾਂ, ਅਤੇ ਕਰਾਉਂਦੇ ਹਾਂ ਬਾਈ ਇਹਨੂੰ ਮੋਡੀਫਾਈਡ। ਲਓ ਬਾਈ ਮੈਂ ਬੈਨੀ ਨੂੰ ਬੁਲਾ ਕੇ ਲੈ ਕੇ ਆਉਂਦਾ, ਇੱਥੇ ਲਾਉਂਦੇ ਬਾਈਕ ਉਦੋਂ ਤੱਕ। ਅਤੇ ਬਾਈ ਆਪਾਂ ਨੂੰ ਦੇਖਣ ਨੂੰ ਆਹ ਮਿਲਿਆ ਕਿ ਆਪਣਾ ਬੈਨੀ ਜਿਹੜਾ ਅੱਜ ਛੁੱਟੀ 'ਤੇ ਆ, ਮੈਂ ਉਹਨੂੰ ਬੜਾ ਫੋਨ ਲਾਇਆ, ਸ਼ਟਰ ਸ਼ੂਟਰ ਬਾਹਲੇ ਖੜਕਾਏ। ਸੋ ਬਾਈ ਬਾਅਦ 'ਚੋਂ ਪਤਾ ਲੱਗਾ ਕਿ ਯਾਰ ਸ਼ਟਰ ਜਿਹੜਾ ਉਹ ਬੰਦ ਨਿਕਲਿਆ, ਕਿਉਂਕਿ ਬੈਨੀ ਨਿਕਲਿਆ ਛੁੱਟੀ 'ਤੇ। ਸੋ ਆਪਣੇ ਨਾਲ ਹੋ ਗਿਆ ਬਾਈ ਧੱਕਾ, ਅਤੇ ਹੁਣ ਦੇਖਦੇ ਹਾਂ ਉਰਾ ਪਰਾ ਕੋਈ ਦੁਕਾਨ ਹੈਗੀ ਅਤੇ ਆਪਾਂ ਉਹ ਕੋਲ ਕਰਾਉਂਦੇ ਹਾਂ ਜਾ ਕੇ ਮੋਡੀਫਾਈਡ, ਕਿਉਂਕਿ ਮੈਂ ਤਾਂ ਬਾਈ ਪਿੰਡੋਂ ਹੀ ਸੋਚ ਕੇ ਆਇਆ ਸੀ ਕਿ ਯਾਰ ਬੈਨੀ ਕੋਈ ਕਰਾਉਣਾ, ਕਿਉਂਕਿ ਬੈਨੀ ਆਪਣਾ ਬਾਈ ਸ਼ੁਰੂ ਤੋਂ ਹੀ ਗੱਡੀਆਂ ਵੀ ਕਰਦਾ, ਅਤੇ ਬਾਈਕ ਬੁਈਕ ਵੀ ਸਾਰੇ ਮੋਡੀਫਾਈ ਉਹਨੇ ਕੀਤੇ, ਟਰੈਕਟਰ ਵੀ ਉਹਨੇ ਕੀਤੇ ਆ, ਟਰੈਕਟਰ ਦੇ ਬਾਈ ਕਿੰਨੇ ਕਿੰਨੇ ਹੋਰਨ ਲਾਏ ਆਪਾਂ, ਚਾਰ ਚਾਰ। ਸੋ ਸਾਰੇ ਉਹਨੇ ਹੀ ਲਾਏ ਯਾਰ, ਮੈਂ ਵੀ ਸੋਚਿਆ ਸੀ ਇਹ 'ਚੋਂ ਹੋਰਨ ਲਵਾ ਲੈਂਦੇ ਹਾਂ, ਅਤੇ ਹੁਣ ਬੰਦਾ ਲੱਭਣਾ ਪੈਣਾ ਕੋਈ, ਅਤੇ ਕਿੱਧਰ ਨੂੰ ਆ। ਇੱਕ ਤਾਂ ਬਾਈ ਆਹ ਉਰੇ ਆ, ਇਹਦੇ ਕੋਲ ਹੀ ਹੈ, ਇੱਕ ਤਾਂ ਇੱਕ ਉੱਪਰ ਆ, ਇੱਕ ਆ ਰਿਹਾ ਦੇਖੋ ਆਹ ਵਾਲਾ ਉਰੇ ਵਾਲਾ ਜਿਹੜਾ ਕਹਿੰਦਾ ਪਿਆ ਤੁਹਾਨੂੰ, ਇੱਕੋ ਚੱਲਦੇ ਹਾਂ, ਕਿਉਂਕਿ ਜਿਹੜਾ ਦੂਜਾ ਉਹ ਬਾਹਲਾ ਦੂਰ ਪੈ ਜਾਣਾ ਸ਼ਹਿਰ ਦੇ ਅੰਦਰ ਜੀ ਕਰਕੇ ਆ। ਸੋ ਆਹ ਆਪਾਂ ਨੂੰ ਨੇੜੇ ਪੈਣਾ, ਆਪਾਂ ਨਿਕਲੀਏ ਫਟਾਫਟ ਬਾਈ, ਇੱਕੋ ਕਰਾਉਂਦੇ ਹਾਂ। ਬੈਨੀ ਤਾਂ ਬਾਈ ਦੇ ਗਿਆ ਅੱਜ ਗੇੜੀ ਕਰਾ ਗਿਆ ਜੱਟ ਨਾਲ, ਮਿੰਟੋ ਮਿੰਟ ਸਟੋਪੀਆਂ ਵੱਜਦੀਆਂ ਦੇਖੋ। ਸਪੋਰਟਸ ਬਾਈਕ ਬਾਈ ਚਲਾਉਣਾ ਬਾਹਲਾ ਹੀ ਮੁਸ਼ਕਲ ਆ, ਮਤਲਬ ਮੁਸ਼ਕਲ ਤਾਂ ਕਹਿ ਨਹੀਂ ਸਕਦੇ, ਲੇਕਿਨ ਹਲਕਾ ਇਹ ਜ਼ਿਆਦਾ। ਸੋ ਇਹ ਵਧੀਆ ਕਾਲੀ ਕੰਧ 'ਚ ਵੱਜੀ ਜਾਂਦਾ। ਸੋ ਬਾਈ ਗੈਰੇਜ 'ਚ ਆਪਾਂ ਆ ਚੁੱਕੇ ਹਾਂ ਆਂਬਲੇ, ਅਤੇ $100 ਪਹਿਲਾਂ ਤਾਂ ਬਾਈ ਇਹਨੇ ਲੈਣੀ ਰਿਪੇਅਰ ਦਾ। ਲੈ ਲਾ ਭਰਾਵਾ ਤੂੰ ਕਰਾ ਲਾ ਬਾਈ ਰਿਪੇਅਰ। ਅਤੇ ਆਰਮਰ, ਆਰਮਰ ਦੀ ਕੀ ਲੋੜ ਆ ਯਾਰ, ਇੱਥੇ ਬਰੇਕਾਂ ਬਰੇਕਾਂ ਬਹੁਤ ਹੁੰਦੀਆਂ ਯਾਰ, ਇਹੀ ਵਾਲਾ ਇੰਨਾ ਖਰਚਾ ਕਿਉਂ ਕਰਨਾ। ਇੰਜਨ ਰਖਾ ਲੈਂਦੇ ਕਿਉਂਕਿ ਸਪੀਡ ਵੱਧ ਜਾਂਦੀ ਇੰਜਨ ਨਾਲ। ਬਾਕੀ ਬਾਈ ਆਪਾਂ ਇੱਥੇ ਬੂਸਟ ਵੀ ਲਵਾਵਾਂਗੇ, ਹੈੱਡਲਾਈਟ ਇੱਕ ਨੀਲੀ ਆ ਇੱਕ ਚਿੱਟੀ ਆ। ਸੋ ਚਿੱਟੀ ਸਹੀ ਆ ਯਾਰ, ਚਿੱਟੀ ਸੋਹਣੀ ਲੱਗਦੀ ਪਹਿਲਾਂ ਹੀ। ਅਤੇ ਆਹ ਬਾਈ ਆਪਸ਼ਨ ਦੇਖੋ ਜਿਹੜੇ ਜਿਹੜੇ ਆਪਣੇ ਸਪਲੈਂਡਰ 'ਚ ਹੈਗੇ, ਇੱਕ ਹੈਗਾ ਲਿਮਕਾ ਕਲਰ ਸਿਲਵਰ, ਇੱਕ ਆਹ ਕਾਲਾ, ਇੱਕ ਆਹ ਕਾਲਾ, ਆਹ ਲਾਲ, ਇਹ ਵੀ ਕਾਲਾ ਹੀ ਜਾਂਦਾ, ਨੀਲਾ ਆਹ ਨੀਲਾ ਲਾਲ। ਆਪਸ਼ਨ ਤਾਂ ਬਾਈ 7 ਕਲਰ ਦੇ ਆ, ਵੈਸੇ ਮੈਨੂੰ ਉਹੀ ਸੋਹਣਾ ਲੱਗਦਾ ਜਿਹੜਾ ਪਹਿਲਾਂ ਸੀ ਆਪਣੇ ਤੋਂ। ਬਾਕੀ ਬਾਈ ਦੇਖਦੇ ਹਾਂ, ਇਹ ਬੰਦਾ ਨਾ ਟੇਪਿੰਗ 'ਚ ਬੜਾ ਮਸ਼ਹੂਰ ਆ, ਮੈਨੂੰ ਬੜੇ ਜਣਿਆਂ ਨੇ ਦੱਸਿਆ ਕਿ ਬਾਈ ਟੇਪਿੰਗ ਬੜੀ ਵਧੀਆ ਕਰਦਾ ਬੰਦਾ। ਸੋ ਦੇਖਦੇ ਹਾਂ ਬਾਈ ਅੱਜ ਟੇਪਿੰਗ ਵੀ ਅਤੇ ਬੂਸਟ ਵੀ ਆਪਾਂ ਲਵਾ ਲਿਆ, ਕਰਾਵਾਂਗੇ ਬਾਈ ਇੰਨਾ ਸਟੰਟ ਸਟੁੰਟ ਕਰਾਵਾਂਗੇ।
ਅਤੇ ਟਾਇਰ ਦਾ ਬਾਬੇ ਉਹ ਮਾਮਲਾ ਸਹੀ ਨਹੀਂ ਆ। ਟਾਇਰ ਇੱਕੋ ਹੈਗੇ ਛੋਟੇ, ਐਵੇਂ ਰਗੜਾ ਲਾਉਂਦੀ ਕਰਨ ਦਿਆ ਉਹ। ਦੇਖੋ ਟਾਇਰ ਦੀ ਗੱਲਬਾਤ ਜੀ ਨਹੀਂ ਬਣੀ ਯਾਰ। ਨਾ ਬਾਬੇ ਉਹ ਟਾਇਰ ਛੋਟਾ ਬੜਾ ਲਾਉਂਦਾ ਪਿਆ ਏ। ਬੈਨੀ ਸਹੀ ਆ ਯਾਰ, ਮੋਡੀਫਾਈ ਵਧੀਆ ਕਰਦਾ ਬੈਨੀ ਆਪਣਾ। ਅਤੇ ਟਾਇਰ ਡਿਜ਼ਾਇਨ ਕਿਹੜੇ ਆ ਇਹ ਪਤਾ ਨਹੀਂ ਕੀ ਆਈਟਮ ਆ ਯਾਰ। ਬੁਲਟ ਪਰੂਫ ਆਪਣੇ ਹੈਗੇ ਆ, ਅਤੇ ਸਮੋਕ ਵਾਈਟ ਹੀ ਸਹੀ ਆ। ਹੋਰ ਆਪਣਾ ਕੀ ਰਹਿ ਗਿਆ, ਹੋਰ ਰਹਿ ਗਈ ਟੇਪਿੰਗ ਬਾਈ। ਟੈਪਿੰਗ ਦੀ ਗੱਲਬਾਤ ਕਰਾਉਂਦੇ ਹਾਂ। ਸੋ ਬਾਈ ਆਪਣੀ ਮੋਟਰਸਾਈਕਲ ਨਾ ਟੇਪਿੰਗ ਟੁਪਿੰਗ ਕਰਕੇ ਐਂਡ ਖਰਾਬ ਬਣ ਚੁੱਕਾ, ਅਤੇ ਤੁਹਾਨੂੰ ਦਿਖਾਉਂਦੇ ਹਾਂ ਟੇਪਿੰਗ। ਇੱਧਰਲੇ ਟੈਂਕੀ ਬਾਈ ਆਪਾਂ ਪੂਰੀ ਬਲੈਕ ਕਰਾ ਕੇ ਨਾ ਸਟਿੱਕਰ ਲਵਾ ਲਿਆ ਪੰਜਾਬ ਦਾ, ਅਤੇ ਉੱਧਰ ਲਵਾਇਆ ਬਾਈ ਕਿਸਾਨੀ ਦਾ। ਚੈੱਕ ਕਰਿਓ ਇੱਕ ਵਾਰੀ, ਤੁਹਾਨੂੰ ਦਿਖਾਉਂਦੇ ਹਾਂ। ਰੁਕ ਮੈਂ ਸਨੈਪਰ ਕੱਢ ਲੈਣਾ, ਸਨੈਪਰ ਨਾਲ ਦਿਖਾਉਂਦਾ ਤੁਹਾਨੂੰ। ਲਾ ਲਿਆ ਹੈਲਮਟ ਕਾਲੀ ਆਪਣੇ ਨੇ। ਸੋ ਪਹਿਲਾਂ ਤਾਂ ਬਾਈ ਆਹ ਦੇਖੋ ਆਪਣਾ, ਇੱਧਰੋਂ ਦੇਖੋ ਕਿਸਾਨੀ ਦਾ ਲਵਾਇਆ। ਅਤੇ ਆਹ ਚੈੱਕ ਕਰੋ ਵੀ ਸਪੋਰਟ ਫਾਰਮਰ ਹੈ ਕਿ ਨਹੀਂ ਬਾਬੇ ਸਿਰਾ। ਜੇ ਕੋਈ ਹੋਰ ਸਟਿੱਕਰ ਚਾਹੁੰਦੇ ਹਾਂ ਬਾਈ ਥੱਲੇ ਕਮੈਂਟ ਕਰਕੇ ਦੱਸਿਓ, ਆਪਾਂ ਉਹੀ ਲਵਾਵਾਂਗੇ। ਬਾਕੀ ਬਾਈ ਹੋਰ ਕੀ ਮੋਡੀਫਿਕੇਸ਼ਨ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਯਾਰ ਅੱਜ ਆਪਣਾ ਜਿਹੜਾ ਬੰਦਾ ਆਉਣਾ ਬੈਨੀ ਉਹ ਹੈਗਾ ਛੁੱਟੀ 'ਤੇ। ਸੋ ਯਾਰ ਥੋੜ੍ਹਾ ਗੇੜੀ ਕਰਾ ਗਿਆ ਬੰਦਾ, ਕੀ ਕਰ ਸਕਦੇ ਹਾਂ। ਬਾਕੀ ਇੱਧਰ ਪੰਜਾਬ ਦਾ ਸਟਿੱਕਰ ਲਵਾਇਆ ਆਪਾਂ, ਹੋਰ ਇਹਨੂੰ ਬਾਈ ਕੀ ਮੋਡੀਫਾਈ ਕਰਾ ਸਕਦੇ ਮੈਨੂੰ ਕਮੈਂਟ ਕਰਕੇ ਦੱਸਿਓ। ਆਪਾਂ ਉਹੀ ਕਰਾਉਣਾ ਯਾਰ ਬੈਨੀ ਨੂੰ ਅਗਲੀ ਵਾਰੀ ਨਾ। ਪਹਿਲਾਂ ਹੀ ਫੋਨ ਕਰਕੇ ਆਉਣਾ ਕਿ ਬਾਈ ਬੈਨੀ ਆ ਦੁਕਾਨ ਖੋਲ੍ਹ ਕੇ ਰੱਖੀ, ਆਪਾਂ ਆਉਣਾ ਵਾ ਮੋਡੀਫਾਈ ਕਰਾਉਣਾ, ਕਿਉਂਕਿ ਤੁਹਾਨੂੰ ਪਤਾ ਯਾਰ ਹੁਣ ਤੇਲ ਵਾਹਵਾ ਮਹਿੰਗਾ। ਸੋ ਸਪਲੈਂਡਰ ਹੀ ਚੱਲੂ ਯਾਰ ਅੱਜ, ਅੱਜ ਤੋਂ ਸਪਲੈਂਡਰ ਹੀ ਚੱਲੂ ਜੋ ਮਰਜ਼ੀ ਹੋ ਜੇ। ਹਾਂ ਟਰੈਕਟਰ ਟੁਰੈਕਟਰ ਤਾਂ ਬਾਈ ਚਲਾਉਣੇ ਹੀ ਪੈਣੇ, ਕਿਉਂਕਿ ਆਪਣੇ ਖੇਤੀ ਤਾਂ ਆਪਾਂ ਨੂੰ ਕਰਨੀ ਪੈਣੀ। ਸੋ ਬਾਈ ਕਿਤੇ ਨੋਰਮਲ ਜਾਣ ਜੂਣ ਲਈ ਨਾ ਸਪਲੈਂਡਰ ਬੈਸਟ ਆ। ਅਤੇ ਹੁਣ ਆਪਾਂ ਬਾਈ ਇਹ 'ਚ ਲਵਾ ਲਿਆ ਬੂਸਟ ਆ ਦੇਖੋ, ਅਤੇ ਇੱਕ ਅੱਧਾ ਸਟੰਟ ਮਰਵਾ ਕੇ ਦੇਖਦੇ ਹਾਂ ਕਿ ਕੀ ਬਣਦਾ। ਦੇਖਦੇ ਹਾਂ ਬਾਈ, ਮੈਂ ਵੀ ਸਪਲੈਂਡਰ 'ਚ ਬੂਸਟ ਬੜੀ ਵੱਡੀ ਗੱਲ ਆ, ਦੇਖਦੇ ਹਾਂ ਕੀ ਬਣਦਾ। ਮਰਵਾਉਂਦੇ ਹਾਂ ਇੱਕ ਅੱਧਾ ਸਟੰਟ, ਇਹ ਆ ਰਿਹਾ ਸਟੰਟ। ਲਓ ਬਾਈ ਪਿੱਛੇ ਜਿਹੇ ਲਿਜਾ ਕੇ ਨਾ ਫਿਰ ਆਉਂਦੇ ਅੱਗੇ। ਅਤੇ ਇੱਥੋਂ ਲੈ ਕੇ ਜਾਂਦੇ ਬਾਈ ਸਟੰਟ ਤੋਂ ਖਿੱਚ ਦੇ ਕਾਲੀਆ ਥੋਡੀ ਨੂੰ। ਇਹ ਕੀ ਹੋ ਗਿਆ ਯਾਰ, ਸਪਲੈਂਡਰ ਤਾਂ ਆਪਣਾ ਉੱਡ ਗਿਆ, ਸਾਲਾ ਇੱਥੇ ਕਿਤੇ ਡਿੱਗਾ ਕਿ ਉੱਡ ਗਿਆ ਯਾਰ, ਮੈਨੂੰ ਤਾਂ ਬਾਈ ਪਤਾ ਹੀ ਨਹੀਂ ਲੱਗਾ ਯਾਰ ਇਹ ਕੀ ਚੱਕਰ ਪੈ ਗਿਆ। ਬਾਬੂ ਸਪਲੈਂਡਰ ਕਿੱਥੇ ਗਿਆ ਯਾਰ ਆਪਣਾ, ਆਪਾਂ ਇੱਥੇ ਡਿੱਗੇ। ਮੈਨੂੰ ਤਾਂ ਲੱਗਾ ਸੀ ਆਪਾਂ ਉੱਡਾਂਗੇ ਨਾਲ ਹੀ, ਇਹ ਚੱਕਰ ਕੀ ਪੈ ਗਿਆ, ਕਿੱਦਾਂ ਡਿੱਗ ਗਿਆ ਆਪਣਾ ਸਪਲੈਂਡਰ। ਇੱਥੋਂ ਆਪਣਾ ਖੂਨ ਡਿੱਗਾ ਯਾਰ, ਸਪਲੈਂਡਰ ਗਿਆ ਕਿੱਥੇ ਬਾਬੇ ਆਪਣਾ। ਯਾਰ ਮੈਂ ਤਾਂ ਸੋਚਿਆ ਸੀ ਉਹਨੂੰ ਮੋਡੀਫਿਕੇਸ਼ਨ ਕਰਾਵਾਂਗੇ, ਉਹ ਕਰਾਵਾਂਗੇ, ਸਪਲੈਂਡਰ ਹੀ ਗੈਪ ਹੋ ਗਿਆ। ਬੀਬਾ ਤੂੰ ਦੇਖਿਆ ਸਪਲੈਂਡਰ ਮੇਰਾ, ਮੂੰਹ ਚੱਕੀ ਫਿਰਦੀ ਇੱਧਰ ਨੂੰ, ਤੂੰ ਬੜੇ ਮਫਲਰ ਮੁਫਲਰ ਲਾਏ ਗਰਮੀ 'ਚ ਯਾਰ, ਸਪਲੈਂਡਰ ਗਿਆ ਕਿੱਥੇ ਬਾਬੇ ਆਪਣਾ। ਸੋ ਯਾਰ ਸਪਲੈਂਡਰ ਤਾਂ ਬਾਈ ਮੈਂ ਸੋਚਿਆ ਸੀ ਮੋਡੀਫਿਕੇਸ਼ਨ ਕਰਾਵਾਂਗੇ, ਲੇਕਿਨ ਆਪਣਾ ਸਪਲੈਂਡਰ ਗੈਪ ਹੋ ਗਿਆ। ਹੁਣ ਮੈਂ ਥਾਣੇ ਰਿਪੋਰਟ ਰਿਪੋਰਟ ਲਿਖਾਵਾਂਗੇ ਅਤੇ ਲੱਭਾ ਲੁੱਭਾਂਗੇ। ਬਾਕੀ ਬਾਈ ਅੱਜ ਦੀ ਵੀਡੀਓ 'ਚ ਇੰਨਾ ਹੀ, ਹੁਣ ਮੈਂ ਦੇਖਦਾ ਵਾਂ ਲੱਭਦਾ ਲੁੱਭਦਾ ਸਪਲੈਂਡਰ ਕਿੱਥੇ ਆਪਣਾ। ਸੋ ਬਾਈ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਬਾਕੀ ਬਾਈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਚੰਗਾ ਬਾਈ।